ਅਮਰਤਪਾਲ ਸਿੰਘ ਦੇ 10 ਸਾਥੀ ਜੋ ਇਸ ਵੇਲੇ ਅਸਾਮ ਦੇ ਡਿਬ੍ਰੂਗੜ੍ਹ ਜੇਲ੍ਹ ਚ ਬੰਦ ਨੇ ਤੇ ਜਿਨ੍ਹਾਂ ਤੇ ਐਨਐਸਏ ਲਾਇਆ ਗਿਆ ਉਹਨਾਂ ਵਿੱਚੋਂ 6 ਨੇ ਹਾਈ ਕੋਰਟ ਚ ਪਟੀਸ਼ਨ ਪਾ ਕੇ ਆਪਣੇ ਐਨਐਸਏ ਨੂੰ ਚੈਲੰਜ ਕੀਤਾ ਹੁਣ ਤੁਹਾਨੂੰ ਦੱਸ ਦਈਏ ਕਿ ਇਹ ਪਟੀਸ਼ਨ ਉਹਨਾਂ ਨੇ ਹੈਬਸ ਕੋਰਪਸ ਪਾਈ ਹੈ ਤੇ ਕਿਹਾ ਕਿ ਸਾਡੀ ਜਿਹੜੀ ਡਿਟੈਂਸ਼ਨ ਹੈਗੀ ਆ ਜੋ ਸਾਨੂੰ ਅਸਾਮ ਜੇਲ੍ਹ ਚ ਰੱਖਿਆ ਗਿਆ ਉਹ ਅਵੈਧ ਤਰੀਕੇ ਨਾਲ ਤੇ ਇਲਲੀਗਲ ਤਰੀਕੇ ਨਾਲ ਰੱਖਿਆ ਗਿਆ ਇਸ ਕਰਕੇ ਐਨਐਸਏ ਦੇ ਆਰਡਰ ਰੱਦ ਕੀਤੇ ਜਾਣ ਲੇਕਿਨ ਇਸ ਪੂਰੇ ਮਾਮਲੇ ਚ ਹਾਈ ਕੋਰਟ ਨੇ ਕਈ ਸਵਾਲ ਖੜੇ ਕੀਤੇ ਸੀ ਤੇ ਅਮਰਤਪਾਲ ਸਿੰਘ ਅਮਰਤਪਾਲ ਜਿਹੜੇ 6 ਸਾਥੀ ਹਾਈ ਕੋਰਟ ਚ ਆਏ ਸੀ ਉਹਨਾਂ ਨੇ ਸਵਾਲ ਪੁੱਛਿਆ ਸੀਗਾ ਕਿ ਤੁਸੀਂ ਕਿਸ ਤਰੀਕੇ ਨਾਲ ਹੈਬਸ ਕੋਰਪੋਰੇਟ ਪਟੀਸ਼ਨ ਹਾਈ ਕੋਰਟ ਚ ਪਾਸ ਕਰ ਸਕਦੇ ਆ ਕਿਉਂਕਿ ਜਦੋਂ ਐਨਐਸਏ ਲਾਇਆ ਜਾ ਚੁੱਕਿਆ ਹੈ ਔਰ ਡਿਟੈਂਸ਼ਨ ਆਰਡਰਸ ਹੈਗੇ ਨੇ ਐਫਆਈਆਰਾਂ ਦਰਜ ਹੈਗੀਆਂ ਨੇ ਤਾਂ ਤੁਸੀਂ ਇਹਨੂੰ ਅਵੈਧ ਗ੍ਰਿਫਤਾਰੀ ਨਹੀਂ ਕਹਿ ਸਕਦੇ ਤੇ ਉਸ ਵੇਲੇ ਅਮਰਤਪਾਲ ਸਿੰਘ ਦੇ ਸਾਥੀ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇਕੇ ਪਪਲਪ੍ਰੀਤ ਸਿੰਘ ਗੁਰਮੀਤ ਸਿੰਘ ਬੁੱਕਣ ਵਾਲਾ ਕੁਲਵੰਤ ਸਿੰਘ ਰਾਓ ਕੇ ਬਸੰਤ ਸਿੰਘ ਗੁਰੀ ਔਜਲਾ ਤੇ ਦਲਜੀਤ ਕਲਸੀ ਇਹਨਾਂ ਨੇ ਹਾਈ ਕੋਰਟ 'ਚ ਪਟੀਸ਼ਨ ਪਾਈ ਹੈ ਹਾਈ ਕੋਰਟ ਨੇ ਜਦੋਂ ਸਵਾਲ ਪੁੱਛਿਆ ਇਹਨਾਂ ਦੇ ਵਕੀਲਾਂ ਤੋਂ ਕਿ ਤੁਸੀਂ ਹੈਬਸ ਕਾਰਪਸ ਕਿਉਂ ਪਾਈ ਹੈ ਤਾਂ ਉਹਨਾਂ ਨੇ ਹਾਈ ਕੋਰਟ ਨੂੰ ਦੱਸਿਆ ਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਨੇ ਕਈ ਆਦੇਸ਼ ਜਾਰੀ ਕੀਤੇ ਨੇ ਤੇ ਇਸ ਕਰਕੇ ਉਹ ਆਦੇਸ਼ਾਂ ਦੇ ਤਹਿਤ ਇਹ ਪਟੀਸ਼ਨ ਹਾਈ ਕੋਰਟ 'ਚ ਪਾਈ ਜਾ ਸਕਦੀ ਹੈ ਲੇਕਿਨ ਪੰਜਾਬ ਸਰਕਾਰ ਨੇ ਇਸੇ ਪਟੀਸ਼ਨ ਨੂੰ ਆਪੋਜ਼ ਕੀਤਾ ਆਖਿਰਕਾਰ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਪੁੱਛਿਆ ਕਿ ਤੁਸੀਂ ਇਹ ਪਟੀਸ਼ਨ ਤੁਸੀਂ ਖੁਦ ਦੱਸੋ ਕਿ ਹੈਬਸ ਕੋਰਪਸ ਕਿਵੇਂ ਮੇਨਟੇਨੇਬਲ ਨਹੀਂ ਹੈ ਕਿਉਂਕਿ ਤੁਸੀਂ ਇਹ ਹੀ ਦਲੀਲ ਦੇ ਰਹੇ ਹੋ ਕਿ ਇਹ ਪਟੀਸ਼ਨ ਠੀਕ ਨਹੀਂ ਹੈ ਆਖਿਰਕਾਰ ਹੁਣ ਪੰਜਾਬ ਸਰਕਾਰ ਨੇ ਇਹ 6 ਲੋਕਾਂ ਦੀ ਪਟੀਸ਼ਨ ਤੇ ਆਪਣਾ ਜਵਾਬ ਦਾਖਲ ਕਰਕੇ ਸਾਫ਼ ਕਰ ਦਿੱਤਾ ਹੈ ਕਿ ਇਹ ਪਟੀਸ਼ਨ ਹਾਈ ਕੋਰਟ ਵਿੱਚ ਮੇਨਟੇਨੇਬਲ ਨਹੀਂ ਹੈ ਕਿਉਂਕਿ ਇਲੈਗਲ ਡਿਟੈਂਸ਼ਨ ਨਹੀਂ ਹੈ ਲੀਗਲ ਡਿਟੈਂਸ਼ਨ ਹੈਗੀ ਹੈ ਇਹਨਾਂ ਦੇ ਅਗੇਂਸਟ ਐਨਐਸਏ ਲਾ ਕੇ ਇਹਨਾਂ ਸਾਰਿਆਂ ਨੂੰ ਡਿਬਰਗੜ੍ਹ ਜੇਲ੍ਹ ਚ ਭੇਜਿਆ ਗਿਆ ਤੇ ਇਸ ਕਰਕੇ ਹੁਣ ਤੁਹਾਨੂੰ ਇੱਕ ਇੱਕ ਕਰਕੇ ਦੱਸ ਦਿੰਨੇ ਆ ਕਿ ਜਿਹੜਾ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਪ੍ਰਧਾਨ ਮੰਤਰੀ ਬਾਜੇ ਕੇ ਇਹ ਅਮਰਤਪਾਲ ਸਿੰਘ ਦੇ ਸਾਥੀ ਸੀਗੇ ਇਹਨਾਂ ਨੂੰ ਇਸ ਕਰਕੇ ਉੱਥੇ ਜੇਲ੍ਹ ਚ ਰੱਖਿਆ ਤੇ ਐਨਐਸਐ ਲਾਇਆ ਗਿਆ ਕਿਉਂਕਿ ਇਹ ਅਮਰਤਪਾਲ ਸਿੰਘ ਦੀ ਜਿਹੜੀ ਰੈਡੀਕਲ ਆਈਡੀਓਲੋਜੀ ਜਿਹੜੀ ਕਿ ਵੱਖਵਾਦੀਆਂ ਅਲਗਾਵਵਾਦੀ ਸੋਚ ਜਿਹੜੀ ਸੀ ਉਹਨੂੰ ਪ੍ਰੋਮੋਟ ਕਰਦੇ ਰਹੇ ਆ ਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਚ ਲਗਾਤਾਰ ਸਰਕਾਰ ਦੇ ਖਿਲਾਫ ਬੋਲਦੇ ਰਹੇ ਨੇ ਤੇ ਇਕ ਅਲੱਗ ਦੇਸ਼ ਬਣਾਉਣ ਦੀ ਅਲੱਗ ਮੁਲਕ ਬਣਾਉਣ ਦੀ ਗੱਲ ਕੀਤੀ ਜਾ ਰਹੀ ਸੀ ਐਸੇ ਤਰੀਕੇ ਨਾਲ ਬਾਕੀਆਂ ਦੀ ਵੀ ਉਹਨਾਂ ਨੇ ਪੰਜਾਬ ਸਰਕਾਰ ਨੇ ਪੂਰਾ ਆਪਣਾ ਜਵਾਬ ਦਾਖਲ ਕਰਕੇ ਹੁਣ ਹਾਈ ਕੋਰਟ 'ਚ ਰੱਖਤਾ ਹੈ ਔਰ ਸਾਫ਼ ਕਹਤਾ ਹੈ ਕਿ ਇਹਨਾਂ ਦੀ ਪਟੀਸ਼ਨ ਮੇਨਟੇਨੇਬਲ ਨਹੀਂ ਹੈ ਹਾਲਾਂਕਿ ਇਹਨਾਂ ਸਾਰਿਆਂ ਦੇ ਵਕੀਲ ਇਹ ਕਹਿ ਰਹੇ ਨੇ ਕਿ ਪਟੀਸ਼ਨ ਮੇਨਟੇਨੇਬਲ ਹੈਗਾ ਹੁਣ 15 ਸਤੰਬਰ ਨੂੰ ਹਾਈ ਕੋਰਟ ਨੇ ਇਹਨਾਂ ਸਾਰੀ ਪਟੀਸ਼ਨਾਂ 'ਤੇ ਸੁਣਵਾਈ ਕਰਨੀ ਹੈ ਜਿਹਦੇ 'ਤੇ ਹੁਣ ਤੈਅ ਹੋਊਗਾ ਕਿ ਹਾਈ ਕੋਰਟ ਸਭ ਤੋਂ ਪਹਿਲਾਂ ਇਹ ਤੈਅ ਕਰੇਗਾ ਕਿ ਇਹ ਪਟੀਸ਼ਨਾਂ ਮੇਨਟੇਨੇਬਲ ਹੈ ਜਾਂ ਨਹੀਂ ਹੈ आखिरकार पंजाब सरकार ने जवाब दे दिया लेकिन तो उन्होंने एक और गालदस दी है कि 10 इस वेले 10 साथी ने अमृतपाल सिंह ਦੇ ਨਾਲ ਜਿਹੜੇ ਕਿ ਡਿਬਰਗੜ ਜੇਲ੍ਹ ਚ ਬੰਦ ਨੇ ਬਾਕੀਆਂ ਨੇ ਤਾਂ ਪਟੀਸ਼ਨਾਂ ਪਾਤੀਆਂ ਇਸ ਵੇਲੇ ਅੰਮ੍ਰਿਤਪਾਲ ਸਿੰਘ ਹਰਜੀਤ ਸਿੰਘ ਜੋ ਕਿ ਉਹਨਾਂ ਦੇ ਚਾਚਾ ਜੀ ਨੇ ਵਰਿੰਦਰ ਫੌਜੀ ਇਹ ਵੀ ਹੈ ਇਸ ਵੇਲੇ ਡਿਬਰਗੜ ਜੇਲ੍ਹ ਚ ਨਹੀਂ ਲੇਕਿਨ ਇੱਕ ਵਿਕਰਮਜੀਤ ਸਿੰਘ ਜਿਨ੍ਹਾਂ ਨੂੰ ਹਜੇ ਵੀ ਫਰਾਰ ਦੱਸਿਆ ਜਾ ਰਿਹਾ ਉਹ ਹਜੇ ਤੱਕ ਗ੍ਰਿਫਤਾਰ ਨਹੀਂ ਹੋਏ ਟੋਟਲ 11 ਲੋਕ ਨੇ ਜਿਨ੍ਹਾਂ ਤੇ ਐਨਐਸ ਲਿਆ ਗਿਆ 10 ਗ੍ਰਿਫਤਾਰ ਹੋ ਕੇ ਉੱਥੇ ਹੈਗੇ ਨੇ ਅਸਾਮ ਦੀ ਡਿਬਰਗੜ ਜੇਲ੍ਹ ਚ ਤੇ ਵਿਕਰਮਜੀਤ ਸਿੰਘ ਜਿਹੜਾ ਕਿ ਹਜੇ ਵੀ ਫਰਾਰ ਹੈਗਾ ਹੁਣ 15 ਸਤੰਬਰ ਨੂੰ ਹਾਈ ਕੋਰਟ ਤੈਅ ਕਰੇਗਾ ਕਿ ਇਹਨਾਂ ਦੀ ਪਟੀਸ਼ਨਾਂ ਤੇ ਕੀ ਰੁਖ ਰਹੇਗਾ ਇਹਨਾਂ ਦੀ ਪਟੀਸ਼ਨਾਂ ਮੇਨਟੇਨੇਬਲ ਹੈ ਐਨਐਸਏ ਨੂੰ ਇਹ ਹੈਬਸ ਕੋਰਪਸ ਦੇ ਜ਼ਰੀਏ ਚੈਲੰਜ ਕਰ ਸਕਦੇ ਜਾਂ ਇਹਦੇ ਵਾਸਤੇ ਇੱਕ ਅਲੱਗ ਪਟੀਸ਼ਨ ਪਾਈ ਜਾਣੀ ਚਾਹੀਦੀ ਹੈ ਕੈਮਰਾਮੈਨ ਬੰਨੀ ਚੋਹਾਂ ਦੇ ਨਾਲ ਮਹਿਫਰੀਤ ਪਟਾ ਪੀਟੀਸੀ ਨਿਊਜ਼ ਚੰਡੀਗੜ੍ਹ